ਸੋ ਨੈਕਸਟ ਕੁਸਚਨ ਆਪਣੇ ਕੋਲ ਇਸ ਤਰ੍ਹਾਂ ਹੈ ਜੀ AP 2, 7, 12 ਐਂਡ ਸੋ ਆਨ ਦਾ ਦਸਵਾਂ ਪਦ ਪਤਾ ਕਰੋ ਫਾਈਂਡ ਦਾ 10th ਟਰਮ ਆਫ ਦਾ AP ਤੇ ਇਸ AP ਵਿੱਚ ਆਪਾਂ 10th ਟਰਮ ਪਤਾ ਕਰਨੀ ਹੈ ਤੇ ਕੋਈ ਵੀ ਸਟੂਡੈਂਟ ਆਪਾਂ ਟਰਮ ਪਤਾ ਕਰਨੀ ਹੋਵੇ AP ਦੇ ਵਿੱਚ ਤੇ ਆਪਾਂ ਨੂੰ ਤਿੰਨ ਚੀਜ਼ਾਂ ਪਤਾ ਹੋਣੀਆਂ ਚਾਹੀਦੀਆਂ ਹਨ ਉਹ ਹੈ ਜੀ A N D ਇਸ ਨੂੰ ਆਪਾਂ ਐਂਡ ਨਾਲ ਵੀ ਰਿਪਰੈਜ਼ੈਂਟ ਕਰਦੇ ਆਪਾਂ ਨੂੰ ਐਂਡ ਪਤਾ ਹੋਣਾ ਚਾਹੀਦਾ ਹੈ ਏ ਮਤਲਬ ਹੈ ਕਿ ਜੋ ਪਹਿਲੀ ਟਰਮ ਹੈ ਪਹਿਲਾ ਪਦ ਹੈ n ਕਿੰਨੀਆਂ ਟਰਮ ਆਪ ਕਿੰਨੀਵੀਂ ਟਰਮ ਆਪਾਂ ਪਤਾ ਕਰਨੀ ਹੈ ਉਹ n ਆ ਜਾਏਗਾ ਇਥੇ ਆਪਾਂ ਨੂੰ 10th ਟਰਮ ਕਿਹਾ ਹੈ ਇਟ ਮੀਨ n ਆਪਣੇ ਕੋਲ 10 ਆ ਜਾਏਗਾ ਤੇ d ਆਪਣੇ ਕੋਲ ਹੁੰਦਾ ਹੈ ਜੀ ਸਾਂਝਾ ਅੰਤਰ ਜਿਸ ਨੂੰ ਇੰਗਲਿਸ਼ ਵਿੱਚ ਕਾਮਨ ਡਿਫਰੈਂਸ ਕਹ ਦਿੰਦੇ ਹਨ ਤੇ ਇਸ AP ਦੇ ਵਿੱਚੋਂ ਆਪਾਂ ਪਹਿਲਾਂ a ਤੇ d ਦੀ ਵੈਲਿਊ ਫਾਈਂਡ ਆਊਟ ਕਰਦੇ ਹਾਂ ਜੀ ਦੇਖੋ a ਕਿੰਨਾ ਆ ਜਾਏਗਾ ਆਪਣੇ ਕੋਈ ਇਸ AP ਦੇ ਵਿੱਚ ਜਿੱਥੋਂ AP स्टार्ट ਹੋ ਰਹੀ ਹੈ ਉਹ ਆਪਣੇ ਕੋ ਏ ਹੁੰਦਾ ਹੈ ਜੀ ਏ ਦੇਖੋ ਕਿੰਨਾ ਆ ਜਾਏਗਾ 2 ਦੇ ਇਕੁਅਲ AP 2 ਤੋਂ स्टार्ट ਹੋ ਰਹੀ ਹੈ ਤੇ ਏ ਦੇਖੋ ਆਪਣੇ ਕੋ ਹੁਣ ਆਪਾਂ ਪਤਾ ਕਰਨਾ ਹੈ ਜੀ d ਕਾਮਨ ਡਿਫਰੈਂਸ d ਦਾ ਫਾਰਮੂਲਾ ਕੀ ਹੁੰਦਾ ਹੈ ਜੀ a2 a1 ਦੂਸਰੀ ਟਰਮ ਦੇ ਵਿੱਚੋਂ ਆਪਾਂ ਪਹਿਲੀ ਟਰਮ ਨੂੰ ਘਟਾਉਣਾ ਹੁੰਦਾ ਹੈ ਇਹ ਦੇਖੋ ਇੱਥੇ ਮੈਂ ਇਸ ਬ੍ਰੈਕਟ ਦੇ ਵਿੱਚ ਆਪਾਂ ਦੂਸਰੀ ਟਰਮ ਲਿਖਣੀ ਹੈ ਤੇ ਇਸ ਬ੍ਰੈਕਟ ਦੇ ਵਿੱਚ ਆਪਾਂ ਪਹਿਲੀ ਟਰਮ ਲਿਖਣੀ ਹੈ ਇੱਥੇ ਦੇਖੋ ਦੂਜੀ ਟਰਮ ਤੇ ਪਹਿਲੀ ਟਰਮ ਆਪਣੇ ਕੋਲ ਕਿਹੜੀ ਹੈ ਜੀ ਦੂਜੀ ਟਰਮ 7 ਹੈ ਪਹਿਲੀ ਟਰਮ ਆਪਣੇ ਕੋਲ 2 ਹੈ ਤੇ ਇਟ ਮੀਨ a2 ਦੇ ਵਿੱਚ ਆਪਣੇ ਕੋਲ 7 ਆ ਜਾਏਗਾ a1 ਦੇ ਵਿੱਚ ਆਪਣੇ ਕੋਲ 2 ਆ ਜਾਏਗਾ ਹੁਣ ਬ੍ਰੈਕਟ ਨੂੰ ਓਪਨ ਕਰਦੇ ਹਾਂ 7 2 ਤੇ 7 ਵਿੱਚੋਂ 2 ਘਟਾਤੇ ਤਾਂ ਆਪਣੇ ਕੋਲ 5 ਆ ਗਿਆ ਇਟ ਮੀਨ ਜੋ ਸਾਂਝਾ ਅੰਤਰ ਹੈ ਕਾਮਨ ਡਿਫਰੈਂਸ ਹੈ ਆਪਣੇ ਕੋਲ ਕਿੰਨਾ ਆ ਗਿਆ ਹੈ ਜੀ 5 ਆ ਗਿਆ ਹੈ ਤੇ ਆਪਾਂ ਹੁਣ ਪਤਾ ਕਰਨਾ ਹੈ ਇਸ ਦਾ 10th ਟਰਮ 10ਵੀਂ ਟਰਮ ਪਤਾ ਕਰਨੀ ਹੈ ਤੇ a 10 ਦਾ ਆਪਾਂ ਇੱਥੇ ਫਾਰਮੂਲਾ ਲਗਾ ਦੇਣਾ ਹੈ a 10 ਕਿਸ ਦੇ ਇਕੁਅਲ ਟੂ ਹੋਏਗਾ a ਇੱਥੇ ਆਪਾਂ an ਦਾ ਫਾਰਮੂਲਾ ਲਗਾਣਾ ਹੈ an ਦਾ ਫਾਰਮੂਲਾ ਕੀ ਹੁੰਦਾ ਹੈ a n 1d ਤੇ ਉਸ ਤਰ੍ਹਾਂ a 10 ਦਾ ਫਾਰਮੂਲਾ ਬਣ ਜਾਏਗਾ ਆਪਣੇ ਕੋਲ a 9d a 9d ਤੇ ਇੱਥੇ ਹੁਣ ਆਪਾਂ a ਅਤੇ d ਦੀ ਵੈਲਿਊ ਫਿਲ ਕਰਨੀ ਹੈ ਪਹਿਲਾਂ ਸਟਰਕਚਰ ਤਿਆਰ ਕਰਦੇ ਹਾਂ ਇੱਥੇ ਆਪਾਂ a ਦਾ ਮੁੱਲ ਪਾ ਦੇਣਾ ਹੈ ਇਸ ਬ੍ਰੈਕਟ ਦੇ ਵਿੱਚ ਇਹ 9 ਆ ਗਿਆ ਹੈ ਤੇ ਇਸ ਬ੍ਰੈਕਟ ਦੇ ਵਿੱਚ ਆਪਾਂ D ਦਾ ਮੁੱਲ ਭਰ ਦੇਣਾ ਹੈ ਜੀ ਦੇਖੋ A ਕਿਸ ਦੇ ਇਕੁਅਲ ਟੂ ਹੈ A 2 ਦੇ ਇਕੁਅਲ ਹੈ ਤੇ ਇਸ ਬ੍ਰੈਕਟ ਦੇ ਵਿੱਚ ਆਪਾਂ 2 ਭਰ ਦੇਣਾ ਹੈ D ਆਪਣੇ ਕੋ 5 ਦੇ ਇਕੁਅਲ ਹੈ ਤੇ ਇੱਥੇ ਆਪਾਂ 5 ਭਰ ਦੇਣਾ ਹੈ ਜੀ ਹੁਣ ਪਹਿਲੀ ਬ੍ਰੈਕਟ 2 ਇਸੇ ਤਰ੍ਹਾਂ ਆ ਜਾਏਗਾ 9 ਨੂੰ 5 ਨਾਲ ਗੁਣਾ ਕਰਾਂਗੇ ਮਲਟੀਪਲਾਈ ਕਰਾਂਗੇ 9 5 45 2 ਅਤੇ 45 ਨੂੰ ਆਪਾਂ ਹੁਣ ਜੋੜ ਦੇਣਾ ਹੈ ਜੋੜ ਕੇ ਆਪਣੇ ਕੋ ਆ ਗਿਆ ਹੈ 47 ਇਟ ਮੀਨ ਜੋ ਦਸਮੀ ਟਰਮ ਹੈ ਇਸ ਏਪੀ ਦੀ ਉਹ ਕਿੰਨੀ ਆ ਜਾਏਗੀ 47 47 ਦੇ ਕੋਲ ਆ ਜਾਏਗੀ ਜੀ 10th ਟਰਮ ਆਫ ਦਾ ਏਪੀ ਸਟੂਡੈਂਟ ਅਗਲਾ ਕੁਐਸਚਨ ਆਪਣੇ ਕੋਲ ਹੈ ਜੀ ਜੋੜਫਲ ਪਤਾ ਕਰੋ ਫਾਈਂਡ ਦਾ ਸਮ ਇਹ ਜੋ ਨੰਬਰ ਲਿਖੇ ਹਨ ਇਹਨਾਂ ਦਾ ਆਪਾਂ ਜੋੜ ਪਤਾ ਕਰਨਾ ਹੈ ਤੇ ਸਟੂਡੈਂਟ ਇਹ ਨੰਬਰਸ ਆਪਾਂ ਨੂੰ ਕਲੀਅਰਲੀ ਨਜ਼ਰ ਆ ਰਹੇ ਹਨ ਕਿ ਇਹ ਏਪੀ ਵਿੱਚ ਹਨ ਇਹ ਅੰਕ ਗਣਿਤਿਕ ਲੜੀਆਂ ਹਨ ਆਪਣੇ ਕੋਲ ਤੇ ਅੰਕ ਗਣਿਤਿਕ ਲੜੀਆਂ ਦੇ ਵਿੱਚ ਜੋੜਫਲ ਜਾਂ ਸਮ ਪਤਾ ਕਰਨ ਲਈ ਆਪਾਂ ਨੂੰ ਤਿੰਨ ਚੀਜ਼ਾਂ ਦੀ ਜ਼ਰੂਰਤ ਪੈਂਦੀ ਹੈ ਉਹ ਹੁੰਦੀਆਂ ਹਨ ਜੀ ਏ n ਅਤੇ d ਜੇਕਰ ਆਪਾਂ ਨੂੰ ਇਹ ਤਿੰਨ ਚੀਜ਼ਾਂ ਪਤਾ ਹਨ ਤੇ ਆਪਾਂ ਜੋੜផល ਦਾ ਜੋ ਫਾਰਮੂਲਾ ਹੈ ਉਸ ਦੇ ਵਿੱਚ ਇਹ ਤਿੰਨ ਚੀਜ਼ਾਂ ਭਰ ਕੇ ਤੇ ਆਪਾਂ ਕੀ ਪਤਾ ਕਰ ਸਕਦੇ ਹਾਂ ਅੰਕ ਗਣਿਤਿਕ ਲੜੀਆਂ ਦਾ ਜੋੜផល ਪਤਾ ਕਰ ਸਕਦੇ ਹਾਂ ਉਹਨਾਂ ਦਾ ਸੰ ਪਤਾ ਕਰ ਸਕਦੇ ਹਾਂ ਹੁਣ ਦੇਖੋ a ਆਪਣੇ ਕੋ ਕੀ ਹੈ ਜੀ ਜਿੱਥੋਂ ap ਸਟਾਰਟ ਹੋ ਰਹੀ ਹੈ ਉਹ ਹੁੰਦਾ ਹੈ ਜੀ a a1 ਨੂੰ ਹੀ ਆਪਾਂ a ਕਹਿ ਦਿੰਦੇ ਹਨ ਤੇ ਦੇਖੋ ਆਪਣੇ ਕੋ ਜਿੱਥੋਂ ap ਸਟਾਰਟ ਹੋ ਰਹੀ ਹੈ ਉਹ ਹੈ ਜੀ 34 ਇਸ ਦਾ ਮਤਲਬ ਜੋ a ਹੈ ਪਹਿਲੀ ਟਰਮ ਜੋ ਹੈ ਉਹ ਆਪਣੇ ਕੋ ਕਿੰਨੀ ਆ ਗਈ ਹੈ ਜੀ ਜੋ AP ਦੀ ਪਹਿਲੀ ਟਰਮ ਹੈ ਉਹ ਆਪਣੇ ਕੋ ਕਿੰਨੀ ਆ ਗਈ ਹੈ 34 ਦੇ ਇਕੁਅਲ ਹੁਣ ਆਪਾਂ ਪਤਾ ਕਰਨਾ ਹੈ ਜੀ ਪਏ D D ਦਾ ਫਾਰਮੂਲਾ ਕੀ ਹੁੰਦਾ ਹੈ A2 ਦੇ ਵਿੱਚੋਂ ਆਪਾਂ A1 ਨੂੰ ਕੀ ਕਰ ਦੇਣਾ ਹੁੰਦਾ ਹੈ ਮਾਈਨਸ ਕਰ ਦੇਣਾ ਹੁੰਦਾ ਹੈ ਘਟਾ ਦੇਣਾ ਹੁੰਦਾ ਹੈ A2 ਦੇ ਵਿੱਚੋਂ A1 ਨੂੰ ਇੱਥੇ ਆਪਾਂ A2 ਦਾ ਮੁੱਲ ਭਰਨਾ ਹੈ ਇੱਥੇ A1 ਦਾ A2 ਆਪਣੇ ਕੋ ਦੇਖੋ ਕਿੰਨਾ ਹੈ ਜੀ A2 ਆਪਣੇ ਕੋ ਹੈ 32 ਤੇ A1 ਆਪਣੇ ਕੋ ਹੈ ਜੀ 34 32 34 ਤੇ ਇਹ ਦੇਖੋ ਆਪਣੇ ਕੋਲ ਕੀ ਆ ਗਿਆ ਹੈ ਜੀ -2 ਆ ਗਿਆ ਹੈ ਇਟ ਮੀਨ ਜੋ ਕਾਮਨ ਡਿਫਰੈਂਸ ਹੈ ਸਾਂਝਾ ਅੰਤਰ ਹੈ ਉਹ -2 ਦੇ ਇਕੁਅਲ ਆ ਗਿਆ ਹੈ ਤੇ ਹੁਣ ਦੇਖੋ ਆਪਣੇ ਕੋਲ ਦੋ ਚੀਜ਼ਾਂ ਪਤਾ ਲੱਗੀਆਂ ਹਨ ਏ ਵੀ ਆਪਾਂ ਨੂੰ ਪਤਾ ਲੱਗ ਗਿਆ ਹੈ ਡੀ ਵੀ ਪਤਾ ਲੱਗ ਗਿਆ ਤੇ ਹੁਣ ਆਪਾਂ ਫਾਈਂਡ ਆਊਟ ਕਰਨਾ ਹੈ ਐਨ ਤੇ ਹੁਣ ਇਸ ਕੁਐਸਚਨ ਦੇ ਵਿੱਚ ਆਪਾਂ ਨੂੰ ਐਨ ਨਹੀਂ ਪਤਾ ਕਿ ਇਸ ਕੁਐਸਚਨ ਦੇ ਵਿੱਚ ਇਹ ਜੋ ਨੰਬਰਸ ਲਿਖੇ ਹਨ ਇਹਨਾਂ ਵਿੱਚ ਕਿੰਨੀਆਂ ਟਰਮਸ ਹਨ ਤੇ ਆਪਾਂ ਕੀ ਕਰਨਾ ਹੈ ਜੋ ਲਾਸਟ ਨੰਬਰ ਹੈ ਉਹ ਕਿਸ ਦੇ ਬਰਾਬਰ ਹੁੰਦਾ ਹੈ ਉਹ ਹੁੰਦਾ ਹੈ ਜੀ ਐਨ ਇੱਥੇ ਜੋ ਤੁਹਾਨੂੰ 10 ਨਜ਼ਰ ਆ ਰਿਹਾ ਹੈ 10 ਆਪਣੇ ਕੋਲ ਕੀ ਹੈ ਇੱਥੇ ਐਨ ਹੈ ਲਾਸਟ ਟਰਮ ਹੈ ਇਹ ਆਪਣੇ ਕੋਲ ਕੀ ਹੈ ਜੀ ਐਨ ਤੇ ਆਪਾਂ ਇਸ ਨੂੰ ਐਨ ਦੇ ਇਕੁਅਲ ਰੱਖ ਕੇ ਆਪਾਂ ਉੱਥੋਂ ਐਨ ਦੀ ਪਹਿਲਾਂ ਵੈਲਿਊ ਫਾਈਂਡ ਆਊਟ ਕਰ ਲੈਣੀ ਹੈ ਜੀ ਦੇਖੋ ਆਪਣੇ ਕੋਲ ਐਨ ਕੀ ਆਏਗਾ ਜੀ ਐਨ ਬਰਾਬਰ 10 ਆਏਗਾ ਹੁਣ ਐਨ ਦਾ ਫਾਰਮੂਲਾ ਕੀ ਹੁੰਦਾ ਹੈ a n, -N, -N. -N, n, n, -N, -N, n 1d बराबर ਆਪਣੇ ਕੋ ਏ 10 ਦੇ ਕੋਲ ਆ ਜਾਏਗਾ ਹੁਣ ਏ ਦੀ ਵੈਲਿਊ ਆਪਾਂ ਨੂੰ ਪਤਾ ਹੈ ਤੇ ਡੀ ਦੀ ਵੈਲਿਊ ਆਪਾਂ ਨੂੰ ਪਤਾ ਹੈ ਉਹ ਫਿਲ ਕਰ ਦੇਣੀ ਇਸ ਫਾਰਮੂਲੇ ਵਿੱਚ ਦੇਖੋ ਏ ਦੀ ਜਗ੍ਹਾ ਆਪਾਂ 34 ਫਿਲ ਕਰ ਦੇਣਾ ਹੈ ਪਲੱਸ n 1 ਤੇ ਡੀ ਦੀ ਜਗ੍ਹਾ ਤੇ ਆਪਾਂ ਫਿਲ ਕਰ ਦੇਣਾ ਹੈ ਮਾਈਨਸ 2 ਬਰਾਬਰ ਆਪਣੇ ਕੋ 10 ਹੀ ਆ ਜਾਏਗਾ ਹੁਣ ਇਸ ਬ੍ਰੈਕਟ ਨੂੰ ਆਪਾਂ ਪਹਿਲਾਂ ਓਪਨ ਕਰਦੇ ਹਾਂ ਦੇਖੋ -2n ਤੇ ਇਸ ਦੋ ਨੂੰ ਆਪਾਂ ਇੱਧਰ ਦੋਵਾਂ ਦਾ ਮਲਟੀਪਲਾਈ ਕਰ ਦੇਣਾ ਹੈ ਮਾਈਨਸ 2n ਆ ਜਾਏਗਾ ਮਾਈਨਸ 1 ਨੂੰ ਮਾਈਨਸ 2 ਨੇ ਨਾਲ ਕਰਾਂਗੇ ਦੋ ਆ ਜਾਏਗਾ ਬਰਾਬਰ ਆਪਣੇ ਕੋਲ 10 ਆ ਜਾਏਗਾ ਜੀ ਤੇ ਹੁਣ ਦੇਖੋ ਆਪਣੇ ਕੋਈ ਕਿੰਨਾ ਆ ਜਾਏਗਾ ਜੀ ਇਹ ਆਪਣੇ ਕੋਲ ਆਏਗਾ 34 ਤੇ 2 ਆ ਜਾਏਗਾ ਇਹਨਾਂ ਦੋਵਾਂ ਨੂੰ ਜੋੜ ਦੇਣਾ ਆਪਣਾ ਕੋ 34 ਤੇ 2 ਆ ਜਾਏਗਾ 36 2n 10 हूँ आपका की करना है ये जो छत्ती है थर्टी सिक्स है इसनों आप दूसरी तरफ शिफ्ट कर देना है जी माइनस दो एन इधर ही रहेगा दस इधर जो छत्ती प्लस का है वो दूसरी तरफ जाके की हो जाएगा माइनस द छत्ती हो जाएगा माइनस दो एन बराबर दस माइनस छत्ती कि आ जाएगा माइनस छब्बी हूँ देखो माइनस के दे, नाल माइनस कटिया जाएगा तो जो दो है वह छब्बी के नीचे चला जाएगा तो एन किस द एकल टू आ जाएगा छब्बी बटा दो कटिंग करके अपने को कि आ जाएगा जी तेरह इट मीन इतने मी अपने को एन इस ए पीछे किनिया टर्म्स आ जाएगी तेरह टर्म्स आ जाए गुण आप करना है हूँ आप फॉर्मूला लगा देना है एस एन का एस एन का अपने को फॉर्मूला की होंगे है जो ए पी है उसके जोड़फल नंबर का जोड़ पता करना है तो उसका फॉर्मुला होंगे है एस एन इज इक्वल टू एन बाय टू मल्टीप्लाई इतने आप दूसरा फॉर्म लगा रहे हैं अपने को दो फॉर्मुले हूँ इतने आप क्योंकि अपना लास्ट टर्म जो है वह पता है लास्ट वाली जो टर्म आपको पता हो फॉर्मला लगाना होंगे है इतने आप लगा सकते हैं ए प्लस एल वाला ए प्लस एल क्योंकि लास्ट टर्म एल हूँ जसू एन भी कह दें तो इतने हम देखो अपने को फॉर्मुला अपना एन की वैल्यू फिल कर देनी है एन अपने को कि आ गया है तेरह एस तेरह का फॉर्मुला की बन जाएगा जी 13/2 ਇਥੇ a ਦੀ ਵੈਲਿਊ ਆ ਜਾਏਗੀ 34 ਤੇ al ਜੋ l ਹੈ l ਆਪਣੇ ਕੋ ਕਿੰਨਾ ਹੈ ਜੀ ਲਾਸਟ ਟਰਮ ਜੋ ਹੁੰਦੀ ਹੈ ap ਦੀ ਉਹ 10 ਦਿੱਤੀ ਹੋਈ ਆਪਾਂ ਨੂੰ ਕੁਐਸਚਨ ਦੇ ਵਿੱਚ ਹੀ 13/2 34 ਵਿੱਚ 10 ਐਡ ਕਰ ਦਾਂਗੇ 44 ਆ ਜਾਏਗਾ ਤੇ ਹੁਣ 2 ਦੇ ਭਾੜੇ ਵਿੱਚ 44 ਕੱਟਿਆ ਜਾਏਗਾ 22 ਤੇ ਤੇ ਹੁਣ ਆਪਾਂ 13 ਨੂੰ ਕੀ ਕਰ ਦੇਣਾ ਹੈ 22 ਦੇ ਨਾਲ ਗੁਣਾ ਕਰ ਦੇਣਾ ਹੈ ਜੀ तेरह नई के नुणा करा तो यह आ जाएगा दो सौ छियासी इट मीन जो तेरह टर्म्स का सम इस ए पी द जो टर्म्स हैं उन्होंने जोड़ कि आ गया है जी अपने को दो सौ छियासी देख आ गया है जी अगला क्वेश्चन अपने को इस तरह है जी ये जो क्वेश्चन नंबर छे है उसका जा पाठ है जी और पाठ है क्वेश्चन है अठ के पहले पंद्रह गुणजा का जोड़फल पता करो फाइंड द सम ऑफ फस्ट 15 ਮਲਟੀਪਲਸ ਆਫ 8 8 ਦੇ ਪਹਿਲੇ 15 ਗੁਣਜਾਂ ਦਾ ਆਪਾਂ ਜੋੜផល ਪਤਾ ਕਰਨਾ ਹੈ ਤੇ ਦੇਖੋ ਆਪਣੇ ਕੋ ਕਿਸ ਤਰ੍ਹਾਂ ਨੰਬਰ ਆਉਣਗੇ ਦੇਖੋ ਇਹ ਵਾਲੇ 8 ਦੇ ਪਹਿਲੇ 15 ਗੁਣਜ ਆਪਣੇ ਕੋ ਕਿਸ ਤਰ੍ਹਾਂ ਆਉਣਗੇ ਆਪਾਂ 8 ਦਾ ਇੱਥੇ ਪਹਾੜਾ ਪੜ੍ਹ ਦੇਣਾ ਹੈ 8 1 8 8 2 16 8 3 24 ਇਸ ਤਰ੍ਹਾਂ ਆਪਾਂ 15 ਤੱਕ 8 ਦਾ ਪਹਾੜਾ ਪੜ੍ਹਨਾ ਹੈ ਤੇ 15 ਤੱਕ ਦੇਖੋ ਕਿੰਨਾ ਆਏਗਾ 8 ਨੂੰ 15 ਨਾਲ ਗੁਣਾ ਕਰਾਂਗੇ ਲਾਸਟ ਵਿੱਚ ਆਪਣੇ ਕੋ 120 ਆ ਜਾਏਗਾ ਤੇ ਇਹ ਹੁਣ ਦੇਖੋ ਆਪਣੇ ਕੋ ਕਿੰਨੀਆਂ ਟੋਟਲ টারਮਸ ਇਹ ਜੋ টারਮਸ ਤੁਹਾਨੂੰ ਨਜ਼ਰ ਆ ਰਹੀਆਂ ਹਨ ਨੰਬਰ 8 16 24 ਇਹ ਆਪਣੇ ਕੀ ਹਨ ਏਪੀ ਵਿੱਚ ਹਨ ਅੰਕ ਗਣਿਤਿਕ ਲੜੀਆਂ ਵਿੱਚ ਹਨ ਇਸ ਲਈ ਇਸ ਨੂੰ ਆਪਾਂ ਅੱਗੇ ਏਪੀ ਲਿਖ ਦੇਣਾ ਹੈ ਜੀ ਤੇ ਹੁਣ ਦੇਖੋ ਇਸ ਦੇ ਵਿੱਚ ਆਪਣੇ ਕੋ ਆਪਾਂ ਸੰਪਤਾ ਕਰਨਾ ਹੈ ਜੋੜ ਪਤਾ ਕਰਨਾ ਹੈ 15 টারਮਸ ਦਾ 15 ਜੋ ਪਹਿਲੇ ਗੁਣ ਹਨ ਤੇ ਆਪਾਂ ਨੂੰ ਪਹਿਲਾਂ ਦੇਖੋ ਕੀ ਕੀ ਪਤਾ ਹੋਣਾ ਚਾਹੀਦਾ ਹੈ ਇਸ ਦੇ ਵਿੱਚ ਫਿਰ ਉਸੇ ਤਰ੍ਹਾਂ ਜੋ ਪਿਛਲਾ ਕੁਐਸਚਨ ਕੀਤਾ ਸੀ ਆਪਾਂ ਏ ਐਨ ਤੇ ਡੀ ਪਹਿਲਾਂ ਫਾਈਂਡ ਆਊਟ ਕਰ ਲੈਣਾ ਹੈ ਜੀ n ਵੀ ਆਪਾਂ ਨੂੰ ਦੇਖੋ ਲਿਖਿਆ ਹੋਇਆ ਹੈ 15 ਗੁਣਜ ਹਨ ਤੇ n ਆਪਾਂ ਨੂੰ ਪਤਾ ਲੱਗਿਆ ਹੈ ਕਿ ਇਸ ਦੇ ਵਿੱਚ 15 ਹੀ ਆਏਗਾ n ਦੀ ਵੈਲਿਊ ਕਿੰਨੀ ਆਏਗੀ 15 ਆ ਜਾਏਗੀ ਕਿਉਂਕਿ ਪਹਿਲੇ 15 ਗੁਣਜਾਂ ਦਾ ਆਪਾਂ ਸੰਪਤਾ ਕਰਨਾ ਹੈ ਤੇ a ਕੀ ਆਏਗਾ ਜਿੱਥੋਂ a p ਸਟਾਰਟ ਹੋ ਰਹੀ ਹੈ ਪਹਿਲਾ ਜੋ ਨੰਬਰ ਹੈ ਉਹ a p ਦਾ 8 ਹੈ ਇਟ ਮੀਨ a ਆਪਣੇ ਕੋਲ 8 ਆ ਗਿਆ ਹੈ ਤੇ ਕਾਮਨ ਡਿਫਰੈਂਸ d ਆਪਾਂ ਕਿਸ ਤਰ੍ਹਾਂ ਫਾਈਂਡ ਆਊਟ ਕਰਦੇ ਹਾਂ ਜੀ a2 ਦੇ ਵਿੱਚੋਂ a1 ਨੂੰ ਆਪਾਂ ਮਾਈਨਸ ਕਰ ਦੇਣਾ ਹੁੰਦਾ ਹੈ ਜੀ a2 ਦੇ ਵਿੱਚੋਂ a1 ਨੂੰ ਮਾਈਨਸ ਕਰ ਦਿਓ ਇੱਥੇ a2 ਦੀ ਵੈਲਿਊ ਤੇ ਇਸ ਬ੍ਰੈਕਟ ਦੇ ਵਿੱਚ a1 ਦੀ ਵੈਲਿਊ ਭਰ ਦੇਣੀ ਆਪਾਂ a2 ਦੇਖੋ ਆਪਣੇ ਕੋਲ 16 ਹੈ a1 ਦੀ ਵੈਲਿਊ 8 ਹੈ 16 ਦੇ ਵਿੱਚੋਂ ਆਪਾਂ 8 ਘਟਾ ਦੇਣੇ ਹਨ ਤੇ ਆਪਣੇ ਕੋਲ 8 ਆ ਜਾਏਗਾ ਤੇ ਇੱਥੇ ਆਪਾਂ ਹੁਣ ਦੋ ਫਾਰਮੂਲੇ ਲਗਾ ਸਕਦੇ ਹਾਂ ਜਿਹੜਾ ਵੀ ਫਾਰਮੂਲਾ ਆਪਾਂ ਨੂੰ ਈਜ਼ੀ ਲੱਗੇਗਾ ਆਪਾਂ ਉਸ ਦੇ ਨਾਲ ਕਰ ਦੇਣਾ ਹੈ ਹੁਣ ਇਸ ਕੁਐਸਚਨ ਦੇ ਵਿੱਚ ਆਪਾਂ ਨੂੰ ਲਾਸਟ टर्म ਪਤਾ ਹੈ ਇਹ ਦੇਖੋ ਲਾਸਟ टर्म ਜੋ ਹੈ l ਆਪਾਂ ਨੂੰ ਪਤਾ ਹੈ ਤੇ ਇਹ ਪਹਿਲੀ ਟਰਮ a ਵੀ ਆਪਾਂ ਨੂੰ ਪਤਾ ਹੈ n ਵੀ ਆਪਾਂ ਨੂੰ ਪਤਾ ਹੈ ਕਿੰਨੇ ਹੈ ਕਿੰਨੇ ਗੁਣਜ ਆਪਣੇ ਕੋ ਹਨ 15 ਗੁਣਜ ਹਨ ਤੇ ਇੱਥੇ ਜੋ sn ਦਾ ਆਪਾਂ ਫਾਰਮੂਲਾ ਲਗਾ ਦੇਣਾ ਹੈ l ਵਾਲਾ ਤੇ sn ਦਾ ਫਾਰਮੂਲਾ ਕੀ ਹੁੰਦਾ ਹੈ n 2 ਬ੍ਰੈਕਟ ਦੇ ਅੰਦਰ a l ਜੇਕਰ ਆਪਾਂ ਨੂੰ ਲਾਸਟ ਟਰਮ ਪਤਾ ਹੈ ਤਾਂ ਆਪਾਂ l ਵਾਲਾ ਡਾਇਰੈਕਟ ਫਾਰਮੂਲਾ ਇੱਥੇ ਲਗਾ ਸਕਦੇ ਹਾਂ ਤੇ ਇੱਥੇ ਹੁਣ ਆਪਾਂ ਵੈਲਿਊ ਫਿਲ ਕਰ ਦੇਣੀ ਹੈ ਦੇਖੋ ਜੀ n ਆਪਣੇ ਕੋ ਕਿੰਨਾ ਹੈ 15 15 2 ਗੁਣਾ ਬ੍ਰੈਕਟ ਦੇ ਅੰਦਰ a l a ਆਪਣੇ ਕੋਲ ਪਹਿਲੀ ਟਰਮ 8 ਹੈ ਤੇ l ਆਪਣੇ ਕੋਲ ਲਾਸਟ ਟਰਮ ਕਿੰਨੀ ਦਿੱਤੀ ਹੋਈ ਹੈ 120 15 2 ਐਜ਼ ਇਟ ਆ ਜਾਏਗਾ 8 120 ਕਿੰਨਾ ਆ ਜਾਏਗਾ 128 ਤੇ ਹੁਣ ਦੇਖੋ ਇਸ ਦੀ ਕਟਿੰਗ ਹੋ ਜਾਏਗੀ ਦੋੜ ਦੇ ਪਹਾੜੇ ਵਿੱਚ 128 ਦੀ 64 ਆ ਜਾਏਗਾ ਹੁਣ 15 ਨੂੰ ਆਪਾਂ ਕਰ ਦੇਣਾ ਹੈ 64 ਦੇ ਨਾਲ ਮਲਟੀਪਲਾਈ तो इन मल्टीप्लाई करके अपने को कि आ जाएगा जी नौ सौ साठ आ जाएगा इट मीन अपने को जो पंद्रह गुंडा का जोड़ है एस फिफ्टीन एस पंद्रह एस पंद्रह अपने को कि आ गया है जी नौ सौ साठ आ गया है जी